ਸਤਿ ਸ਼੍ਰੀ ਅਕਾਲ ਦੋਸਤੋ, ਕਿੰਗ ਅਕੈਡਮੀ ਤੁਹਾਡਾ ਸਵਾਗਤ ਹੈ। ਮੈਂ ਉਪਿੰਦਰ ਸਿੰਘ, ਤੁਹਾਡੇ ਦੋਸਤ ਅਤੇ ਹੋਸਟ ਆ। ਤੁਹਾਡੀ ਮੇਜਰ ਅਪਡੇਟ ਲੈ ਕੇ ਆਇਆ ਹਾਂ। ਇਹ ਅਪਡੇਟ ਦਿੱਤੀ ਗਈ ਹੈ ਰਾਜ ਕੁਮਾਰ ਰਾਓ ਵੱਲੋਂ। ਜੀ ਹਾਂ ਦੋਸਤੋ, ਰਾਜ ਕੁਮਾਰ ਰਾਓ ਜੀ ਦੀ ਇੱਕ ਨਵੀਂ ਬੋਲੀਵੁੱਡ ਮੂਵੀ ਆ ਰਹੀ ਹੈ, ਜਿਸ ਦਾ ਟਾਈਟਲ ਹੈ ਮੇਡ ਇਨ ਚਾਈਨਾ, ਇੰਡੀਆ ਕਾ ਜੁਗਾੜ ਮੇਡ ਇਨ ਚਾਈਨਾ, ਜਿਸਦਾ ਟ੍ਰੇਲਰ 18 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਅਤੇ ਇਹ ਜੋ ਫਿਲਮ ਹੈ ਉਹ ਦੀਵਾਲੀ ਯਾਨੀ ਕਿ 2019 ਦੀ ਜੋ ਦੀਵਾਲੀ ਹੈ ਉਸ ਨੂੰ ਇਹ ਫਿਲਮ ਰਿਲੀਜ਼ ਕਰ ਦਿੱਤੀ ਜਾਏਗੀ, ਜਿਹਦੇ ਵਿੱਚ ਬਹੁਤ ਹੀ ਵੱਡੇ ਵੱਡੇ ਸਟਾਰ ਹਨ ਜਿਵੇਂ ਕਿ ਬੋਮਨ ਇਰਾਨੀ ਜੀ, ਰਾਜ ਕੁਮਾਰ ਰਾਓ ਜੀ, ਦਿਨੇਸ਼ ਵਿੰਜਨ, ਮੌਨੀ ਰੋਏ, ਪਰੇਸ਼ ਰਾਵਲ ਅਤੇ ਹੋਰ ਬਹੁਤ ਹੀ ਉੱਘੇ ਕਲਾਕਾਰ ਇਹਦੇ ਵਿੱਚ ਮੌਜੂਦ ਹਨ। ਸੋ ਦੋਸਤੋ, ਇਹ ਮੈਡੋਕ ਫਿਲਮਸ ਅਤੇ ਜੀਓ ਸਟੂਡੀਓ ਦੀ ਸਾਂਝੀ ਪ੍ਰੈਜੈਂਟੇਸ਼ਨ ਹੈ, ਸਾਂਝਾ ਇਹਨਾਂ ਦਾ ਉਪਰਾਲਾ ਹੈ। ਅਤੇ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ ਮਿਖਿਲ ਮੁਸਾਲ ਜੀ ਇਸ ਨੂੰ ਡਾਇਰੈਕਟ ਕਰ ਰਹੇ ਹਨ। ਸੋ ਦੋਸਤੋ, ਇਹ ਸੀ ਅੱਜ ਦੀ ਅਪਡੇਟ। ਤੁਹਾਨੂੰ ਇਹ ਅਪਡੇਟ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਸੈਕਸ਼ਨਾਂ ਵਿੱਚ ਜ਼ਰੂਰ ਦੱਸਿਓ। ਅਤੇ ਕੌਣ ਕੌਣ ਇਸ ਕਮੇਡੀ ਫਿਲਮ, ਕਮੇਡੀ ਹੀ ਲੱਗ ਰਹੀ ਹੈ ਕਿਉਂਕਿ ਇਹਨਾਂ ਦਾ ਜੋ ਟੀਜ਼ਰ ਆਇਆ ਹੈ ਉਸ ਤੋਂ ਪਤਾ ਚੱਲ ਰਿਹਾ ਹੈ ਕਿ ਇੱਕ ਬਹੁਤ ਹੀ ਕਮੇਡੀ ਫਿਲਮ ਹੋਣ ਜਾ ਰਹੀ ਹੈ। ਸੋ ਦੋਸਤੋ, ਕੌਣ ਕੌਣ ਇੰਤਜ਼ਾਰ ਕਰ ਰਿਹਾ ਹੈ ਇਹਨਾਂ ਦੇ ਆਉਣ ਵਾਲਾ ਟ੍ਰੇਲਰ ਦਾ, ਜੋ ਕਿ 18 ਸਤੰਬਰ ਨੂੰ ਰਿਲੀਜ਼ ਹੋਏਗਾ, ਅਤੇ ਇਸ ਫਿਲਮ ਦਾ ਸਾਨੂੰ ਕਮੈਂਟ ਸੈਕਸ਼ਨਾਂ ਵਿੱਚ ਜ਼ਰੂਰ ਦੱਸਿਓ। ਅਤੇ ਵੀਡੀਓ ਚੰਗੀ ਲੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤਾਂ ਜੋ ਤੁਹਾਨੂੰ ਬੋਲੀਵੁੱਡ ਅਤੇ ਬੋਲੀਵੁੱਡ ਦੀ ਲੇਟੈਸਟ ਅਪਡੇਟਸ ਮਿਲਦੀਆਂ ਰਹਿਣ। ਥੈਂਕਸ ਫੋਰ ਵਾਚਿੰਗ, ਕੀਪ ਸ਼ੇਅਰਿੰਗ।